ਰੀ ਬਣਾਇਆ ਹਲੇ ਯਦਨ ਮੈਂ ਵੇੜੇ ਚ ਨਿਕਲਿਆ ਤੇ 50 ਸਾਲਾਂ ਦਾ ਮੀਟਿੰਗਾਂ ਤੇ ਬੈਠ ਮੋਂਡੇ ਤੇ ਹੱਥ ਰੱਖ ਕੇ ਦਿਨ ਬਸ ਕਰ ਜ਼ਿੰਦਗੀ ਦਾ ਰੋਣਾ ਹੀ ਟੁਰ ਗਈ ਆ ਦਲਾਸੇ ਦੇਣ ਵਾਲੀ ਉੱਠ ਮੂੰਹ ਵੇਖ ਮੈਂ ਮਾਂ ਦਾ ਜਨਾਜ਼ਾ ਚਾਣ ਲੱਗਾ ਉਹਦਾ ਹੁਕਮ ਹੀ ਮੇਰਾ ਜਨਾਜ਼ਾ ਰਾਤ ਦੇ ਅੰਧੇਰੇ ਚ ਉੱਠੇ ਸਾਰੇ ਮਿਲ ਬੈਠੇ ਨੇ ਤੂੰ ਰਹਿ ਗਏ ਹੱਥਰੂ ਪਹੁੰਚ ਗਿਆ ਤੇ ਬਾਬਾ ਮੈਂ ਇੰਜ ਨਹੀਂ ਮਿਲਣਾ ਕਿਵੇਂ ਮਿਲਣਾ ਹੀ ਬਾਬਾ ਜੀ ਨੇ ਮਨਾ ਕੀਤਾ ਸੁਣ ਬੁਲਾਵੇ ਕਿਵੇਂ ਬੁਲਾਵੇ ਜਿਵੇਂ ਮਰੀਅਮ ਕਫਨ ਚੋਂ ਹੱਥ ਕੱਢ ਕੇ ਈਸਾ ਨੂੰ ਬੁਲਾਵੇ ਤੇ ਬੇਟਾ ਉਹ ਕਫਨ ਚ ਫਰਮਾਇਆ ਬਾਬਾ ਤੁਸੀਂ ਬਿਹਤਰ ਜਾਣਦੇ ਹੋ ਬਤੂਲਾਂ ਕਫਨ ਚ ਕਲਾਮ ਕਰਦੀਆਂ ਮਰੀਅਮ ਈਸਾ ਨੂੰ ਬੁਲਾਇਆ ਤੇ ਮੇਰੀ ਮਾਂ ਨਹੀਂ ਬੁਲਾ ਸਕਦੀ ਬਾਬਾ ਜਬਰ ਨਹੀਂ ਤੇ ਫਿਰ ਗਰੀਬ ਤੇ ਮਿੰਨਤਾਂ ਹੀ ਕਰਦੇ ਨੇ ਨਾ ਇਹ ਸ਼ਹਿਰ ਤੁਹਾਡੇ ਨਗਰੀਆਂ ਤੁਹਾਡੀਆਂ ਨੇ ਮੈਂ ਮੁਸਾਫਿਰ ਹਾਂ ਕੱਲ ਪਰਸੋਂ ਟੁਰ ਜਾਵਾਂਗਾ ਇੱਥੋਂ ਮੈਂ ਅੱਜ ਮਿਲਨਸ ਤੇ ਵਾਂਗ ਮਰੀਅਮ ਦੇ ਬੁਲਾਏ ਸ਼ੀਆਂ ਸੁਨੀਆਂ ਵਾਦਰਾ ਦਵੇਲਾ ਅਮੀਰ ਅਲ ਮੁਮਿਨੀਨ ਦੀ ਹਵੇਲੀ ਏ 50 ਸਾਲਾਂ ਦਾ ਵੇੜੇ ਚ ਖਲੋਤੇ ਅਲੀ ਉੱਥੇ ਆਏ ਜਿੱਥੇ ਮੁਹੰਮਦ ਦੀ ਕਫਨੀ ਚਾਈ ਵਿਲਾਇਤ ਅਲੀ ਦਾੜੀ ਚੋ ਹੰਝੂ ਪੇ ਕਿਰਦਿਨ ਤੇ ਰੋ ਕਿਆ ਦਿਨ ਜ਼ਹਰਾ ਮੈਂ ਨਹੀਂ ਪਿਆਦਾ ਵੇੜੇ ਚ ਬਾਦਸ਼ਾਹ ਪੁੱਤਰ ਖਲੋਤੇ ਉਹ ਜਿਹਦਾ ਕੰਗੀ ਕਰਦੇ ਵਾਲ ਇੱਕ ਟੁੱਟਦਾ ਈ ਤੇ ਤਰੇ ਤਰੇ ਦਿਨ ਰੋਂਦੀਆਂ ਪਿਆਦਾ ਈ ਅੱਜ ਉਹਨ ਬੁਲਾ ਜਿਵੇਂ ਮਰੀਅਮ ਕਫਨ ਚੋ ਹੱਥ ਕੱਢ ਕੇ ਈਸਾ ਨੂੰ ਬੁਲਾਇਆ ਮਿੰਬਰ ਦੀ ਕਸਮ ਅਲੀ ਆ ਦਿਨ ਮੈਂ ਚਸ਼ਮਦੀਦ ਗਵਾ 95 ਦਿਨ ਬਾਬੇ ਦੇ ਬਾਗ ਜ਼ਿੰਦਾ ਰਹੀਏ ਹੱਥ ਪਾਸੇ ਤੂੰ ਨਹੀਂ ਚੈਂਦੀ ਤਸਬੀ ਇੱਕ ਹੱਥ ਨਾਲ ਫੜਦੀ ਆਈ ਮੇਰਾ ਸਲਾਮ ਇੱਕ ਹੱਥ ਨਾਲ ਕਰਦੀ ਆਈ ਗੁਸਲੋ ਕਫਨ ਦੇ ਵੇਲੇ ਹੱਥ ਨਹੀਂ ਉੱਠਿਆ ਕੋਈ ਕਿਤਨਾ ਪਿਆਰ ਆਈ ਸ਼ਬੀ ਨਾਲ ਅਲੀ ਆ ਦਿਨ ਮੈਂ ਗੱਲ ਮੁਕਾਈਏ ਜ਼ੈਨਬ ਦੀ ਮਾਂ ਦੇ ਕਫਨ ਦੇ ਬੰਦ ਟੁੱਟ ਗਏ 95 ਦਿਨਾਂ ਚ ਪਹਿਲੀ ਵਾਰੀ ਦੋਵੇਂ ਹੱਥ ਬਾਹਰ ਕੱਢ ਕੇ ਆ ਦੀਏ ਮੇਰਾ ਭਜਦੇ ਘੋੜੇ ਚੁਲਾ ਅੱਲਾਮਾਨ ਅੱਲਾਮਾਨ ਭਾਈ ਅੱਲਾਮਾਨ ਮਾਂ ਬੁਲਾਏ ਅੰਮਾ ਅੰਮਾ ਕਰਕੇ ਮਾਂ ਦੇ ਗੱਲ ਆ ਲੱਗੇ ਬਤੂਲ ਦੀਆਂ ਦੋਵੇਂ ਬਾਈ ਪੁੱਤਰ ਦੇ ਗੱਲ ਪੁੱਤਰ ਦੀਆਂ ਦੋਵੇਂ ਬਾਈ ਮਾਂ ਦੇ ਗੱਲ ਦਰਜਾਉਤ ਬੁਲੰਦ ਹੋਣ ਉਸਤਾਦ ਮੋਹਤਰਮ ਕਿਬਲਾ ਕੁੰਮੀ ਸਾਹਿਬ ਦੇ ਉਹ ਫਰਮਾਉਂਦੇ ਹੁੰਦੇ ਹਨ ਉੱਠੀਏ ਬਤੂਲ ਕਫਨ ਜੋ ਪੁੱਤਰ ਦਾ ਕਦੀ ਸਜੇ ਪਾਸ ਬੋਸ ਲੈਂਦੀ ਹੈ ਗੱਲ ਦਾ ਕਦੀ ਖੱਬੇ ਪਾਸ ਰੋ ਰੋ ਕਹਿ ਦੀਏ ਮਾਂ ਸਦਕੇ ਮੇਰੇ ਹਿੱਸੇ ਦੇ ਬੋਸੇ ਅੱਜ ਲੈ ਲੈ ਦਾ ਮੁਹਰਮ ਮੇਰੇ ਹਿੱਸੇ ਦੀ ਜਾ ਕੋਈ ਨਹੀਂ ਹੋਣੀ ਅੱਜ ਰਾਜ ਰਾਜ ਮੈਂ ਸਦਕੇ ਆਵਾਂ ਮੈਂ ਸਦਕੇ ਆਵਾਂ ਇਹ ਵਿਦਾ ਮਜ਼ਲੂਮ ਹੈ ਕਰਬਲਾ ਦਾ ਬੜਾ ਔਖਾ ਹੈ ਵਿਦੇ ਢੇਰ ਸਾਰੇ ਨੇ ਸ਼ਬੀਰ ਦੇ ਧੀਆਂ ਨਾਲ ਪੁੱਤਰਾਂ ਨਾਲ ਕਰਬਲਾ ਲੇਕਿਨ ਅੱਲਾ ਦੀ ਕਾਇਨਾਤ ਵਿੱਚ ਇਹ ਵਿਦਾ ਹੁਸੈਨ ਦਾ ਮਾਂ ਤੂੰ ਸਭ ਤੋਂ ਔਖਾ ਪੰਜਵਾਂ ਮਿੰਟ ਨਹੀਂ ਗੁਜ਼ਰਿਆ ਤਾ ਜੇ ਮਲਕੂਤੀ ਜਬਰੀ ਲਹਾਇਆ ਹੋਇਆ ਹੈ ਨਾਜ਼ਲ ਹੋਇਆ ਤੇ ਰੋ ਰੋ ਕੇ ਪੈਦਾ ਯਾ ਅਲੀ ਅੱਲਾ ਪਿਆ ਦੇ ਅੱਜ ਕੋਈ ਵਸਲਾ ਹੁਸੈਨ ਨੂੰ ਮਾਂ ਦੇ ਜਨਾਜ਼ੇ ਤੂੰ ਹਟਾ ਜਬਰੀਲ ਦੇ ਅੱਲਾ ਪਿਆ ਦੇ ਅਲੀ ਦੀ ਮਿੰਨਤ ਕਰ ਕਿਸੇ ਤਰੀਕੇ ਹਟਾ ਲੈ ਨਹੀਂ ਤੇ ਮੇਰਾ ਅਰਸ਼ ਰਹਿ ਪੋਸੀਆ ਜੰਨਤ ਵਿੱਚ ਜ਼ਲਜ਼ਲੇ ਹੂਰਾਂ ਦੇ ਵਾਲ ਖੁੱਲਿਆ ਨੀ ਨਬੀਆਂ ਦੀਆਂ ਪੱਗਾਂ ਲੱਥੀਆਂ ਹੋਈਆਂ ਨੀ ਅਲੀ ਹਰ ਚੰਦ ਕੋਸ਼ਿਸ਼ ਕੀਤੀ ਹੈ ਕਦੀ ਸੱਜੇ ਮੋਢੇ ਨਾਲੋਂ ਪਕੜ ਕੇ ਬੋਸਾ ਦੇ ਦੇਣ ਕਦੀ ਖੱਬੇ ਬਾਜ਼ੂ ਨਾਲ ਬੋਸਾ ਦੇ ਦੇਣ ਬਸ ਕਰੋ ਮੇਰਾ ਸਾਬਰਾਂ ਦਾ ਸੁਲਤਾਨ ਬਸ ਕਰੋ ਮੇਰਾ ਸ਼ਫੀ ਰੋਜ਼ ਜਜ਼ਾ ਬਸ ਕਰੋ ਮੇਰਾ ਨਬੀਆਂ ਦੀ ਲਾਜ ਬਚੜਾ ਅਲੀ ਹਰ ਮੁਮਕਨ ਕੋਸ਼ਿਸ਼ ਕੀਤੀ ਹੈ ਹੁਸੈਨ ਮਾਂ ਦੇ ਗੱਲ ਛੁਪਾਈ ਨਹੀਂ ਕੱਢੀਆਂ ਮਿੰਬਰ ਦੀ ਕਸਮ ਅਲੀ ਨੂੰ ਕੋਈ ਖਿਆਲ ਆਏ ਅਲੀ ਇੱਕੋ ਗੱਲ ਕੀਤੀ ਹੈ ਯਕਦਮ ਹੁਸੈਨ ਦੀਆਂ ਬਹੀ ਛੁੱਟ ਗਈਆਂ ਪੁੱਤਰ ਦੇ ਕੰਨ ਨਾਲ ਮੌਲਾ ਕਿਆ ਦਿਨ ਅੱਛਾ ਰਾਜ ਰਾਜ ਮਿਲ ਹੋਵੇ ਮੇਰੀ ਜ਼ੈਨਬ ਦੇ ਵਾਲ ਖੁੱਲ ਗਏ ਆਵਾਜ਼ ਆਉਂਦਾ ਹੋਵੇ ਅੱਲਾਮਾਨ ਅੱਲਾਮਾਨ ਅੱਲਾ ਤੇਰੀਆਂ ਦਹੀਆਂ ਦੇ ਨਸੀਬ ਆਉਣ ਅੱਲਾ ਬੇਟੀਆਂ ਦੇ ਮੁਕੱਦਰ ਲੈ ਕੇ ਉੱਠੇ ਛਲਾ ਜਾਈਆਂ ਦੇ ਦੁੱਖ ਨਾ ਵੇਖੇ ਭੈਣਾਂ ਦੇ ਖੁੱਲੇ ਵਾਲ ਸੁਣ ਕੇ ਬਾਬਾ ਬਾਬਾ ਕਰਕੇ ਬਾਬੇ ਦੇ ਗੱਲ ਲੱਗ ਗਿਆ ਮੁਕਦੀ ਹੈ ਇਸੇ ਜੁਮਲੇ ਤੇ ਮੇਰੀ ਮਜਲਸ ਆਦਰਾ ਦਵੇ ਲੈ ਮਾਂ ਦਾ ਜਨਾਜ਼ਾ 50 ਸਾਲਾਂ ਦਾ ਪੁੱਤਰੇ ਮਾਂ ਨੂੰ ਮਿਲਣ ਆਏ ਤੋੜੇ ਹਟਾਵੇ ਨਾਲ ਤਾਂ ਬਾਬਾ ਅਲੀ ਹੈ ਅਸੀਂ ਪਾਗਲ ਨਹੀਂ ਅਸੀਂ ਜੱਲੇ ਨਹੀਂ ਅਸੀਂ ਤਾਂ ਰੋਂਦੇ ਹਾਂ 50 ਸਾਲਾਂ ਦਾ ਹੀ ਘਰ ਆਪਣਾ ਹੀ ਮਾਂ ਨੂੰ ਮਿਲਣ ਆਏ ਹਟਾਵੇ ਨਾਲ ਬਾਬਾ ਹੈ ਮਿੰਬਰ ਦੀ ਕਸਮ ਹੈ ਕਰਬਲਾ ਦਾ ਜੰਗਲ ਹੈ ਪਿਓ ਪਿਆ ਮਰੀਂਦਾ ਹੈ 4 ਸਾਲਾਂ ਦੀ ਧੀ ਮਿਲਣ ਆਈ ਹੈ ਧੀ ਪਿਓ ਨੂੰ ਮਿਲਣ ਆਈ ਹੈ ਧੀ ਨੂੰ ਪਿਓ ਨਹੀਂ ਹਟਾਇਆ ਕਾਤਲ ਹਟਾਇਆ ਤਾਂ ਇਹ ਰੋ ਰੋ ਕੇ ਆਦੀ ਰਹੀ ਹੈ ਹੱਥ ਕੱਢ ਮੇਰੇ ਪਿਓ ਦੀਆਂ ਜ਼ੁਲਫਾਂ ਚੋਂ ਤੇ ਬਾਸ਼ਿੰਦਾ ਕਾਮ ਜਫਾ ਦਾ ਕੰਡ ਖਾਲੀ ਵੇਖ ਕੇ ਲਾਨਤ ਲਾਨਤ